ਜਿਸ ਦੇ ਕਦਰ ਦਾ ਟਰੈਕਟਰ ਬਹੁਤ ਵਧੀਆ ਹੈਗਾ। ਪੂਰਾ ਵਧੀਆ ਹੈਗਾ, ਸਾਰੇ ਮਿੱਟੀ ਵਗੈਰਾ ਸਾਰਾ ਕੁਛ ਕੱਢ ਰਿਹਾ ਹੈਗਾ। ਅਤੇ ਹੁਣ ਮੈਂ ਤੁਹਾਨੂੰ ਇਹਦਾ ਫੋਮ ਕੈਨਨ ਦਿਖਾਉਣਾ ਗਾ ਵੀ ਕਿੰਨੀ ਕੁ ਉਹ ਝੱਗ ਕਰਦਾ ਗਾ, ਅਤੇ ਆਪਾਂ ਦੇਖਦੇ ਉਹਦੇ ਨਾਲ। ਹੁਣ ਦੇਖਦੇ ਆਪਾਂ ਫੋਮ ਕੈਨਨ ਝੱਗ ਕਿੰਨੀ ਕੁ ਕਰਦਾ ਇਹ। ਜਿਵੇਂ ਤੁਸੀਂ ਦੇਖ ਸਕਦੇ ਹੋਗੇ ਕਾਫੀ ਵਧੀਆ ਇਹਨੇ ਫੋਮ ਵਾਸ਼ ਕਰੀ ਹੈਗੀ, ਪਰ ਜਿਵੇਂ ਤੁਹਾਨੂੰ ਮੈਂ ਕਿਹਾ ਹੈਗਾ ਥੋੜ੍ਹੀ ਜਿਹੀ ਲੋ ਕੁਆਲਿਟੀ ਵਾਲਾ ਹੈਗਾ। ਕਾਫੀ ਵਧੀਆ ਸ਼ੈਂਪੂ ਨੂੰ ਛਿੜਕਿਆ, ਸਿਰਫ ਇਹਦੇ ਵਿੱਚ ਮੈਂ ਦੋ ਪੁੜੀਆਂ ਪਾਈ ਦੀਆਂ ਕਿੰਨੀ ਪਲੱਸ ਦੀਆਂ, ਦੋ ਪੁੜੀਆਂ ਦੇ ਵਿੱਚ ਹੀ ਕਾਫੀ ਵਧੀਆ ਰਿਜ਼ਲਟ ਦੇ ਰਿਹਾ ਹੈਗਾ। ਦੋ ਰੁਪਿਆਂ ਦੇ ਵਿੱਚ ਤੁਸੀਂ ਘਰ ਫੋਮ ਵਾਸ਼ ਵਗੈਰਾ ਕਰ ਸਕਦੇ ਹੋ, ਤੁਹਾਨੂੰ ਹੋਰ ਕੀ ਮਿਲ ਜੂਗਾ। ਅਤੇ ਬਾਕੀ ਰਿਹਾ ਪੰਪ ਦੀ ਗੱਲ, ਅਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਹੈਗਾ ਇਹ 5000 ਰੁਪਏ ਦਾ ਲਿੱਤਾ ਸੀ ਮੈਂ, ਮੈਨੂੰ ਇਹ ਕਾਫੀ ਵਧੀਆ ਲੱਗਿਆ। ਜੇ ਅੱਜ ਦੇ ਹਿਸਾਬ ਨਾਲ ਲਾਈ ਆਪਾਂ, ਜੇ ਟਰੈਕਟਰ ਹੋ ਗਿਆ ਆਪਣੇ ਘਰ, ਇੱਕ ਗੱਡੀ ਹੋ ਗਈ, ਜਿਵੇਂ ਇੱਕ ਦੋ ਮੋਟਰਸਾਈਕਲ ਹੋਰ ਹੋ ਜਾਂਦੇ ਨੇ ਹਰ ਇੱਕ ਦੇ ਘਰ ਹੈਗੀ ਨੇਗੇ, ਜੇ ਆਪਾਂ ਬਾਹਰ ਵੀ ਧਵਾਉਣ ਜਾਈਏ, ਮੰਨ ਕੇ ਚਲੋ ਟਰੈਕਟਰ ਦਾ ਵੀ 300-400 ਰੁਪਇਆ ਲੈ ਲੈਂਦੇ ਨੇ, ਗੱਡੀ ਦਾ ਵੀ ਲੈ ਲੈਂਦੇ ਨੇ, 100-150 ਮੋਟਰਸਾਈਕਲ ਦਾ ਲੈ ਲੈਂਦੇ ਨੇ। ਕਿਉਂ ਨਾ ਆਪਾਂ ਆਪਦੀ ਇਹ 5000 ਦਾ ਲਿਆਈਏ, ਆਪਾਂ ਇਸ ਨਾਲ ਹੋਰ ਵੀ ਘਰ ਦੀ ਸਫਾਈ ਵਗੈਰਾ ਕਾਫੀ ਕੁਛ ਕਰ ਸਕਦੇ ਹਾਂਗੇ। ਜਿਵੇਂ ਮੈਂ ਤੁਹਾਨੂੰ ਮੈਂ ਜਲਬੀ ਜੀ ਪੱਟ ਕੇ ਦਿਖਾਈ ਹੈਗੀ, ਇਸ ਤਰ੍ਹਾਂ ਹੋਰ ਕੰਮ ਵੀ ਲੈ ਸਕਦੇ ਹਾਂਗੇ। ਅਤੇ ਇਸ ਤੋਂ ਬਾਅਦ ਦੇਖਦਾ ਮੈਂ ਗੱਡੀ ਧੋ ਕੇ ਦੇਖਦਾ, ਅਤੇ ਗੱਡੀ ਦੇ ਉੱਤੇ ਆਪਾਂ ਨੂੰ ਕਿਸ ਤਰ੍ਹਾਂ ਹੀ ਇਹ ਫੋਮ ਵਾਸ਼ ਵਗੈਰਾ ਸਾਰਾ ਕੁਛ ਕਰੂਗਾ ਉਹ ਦੇਖਾਂਗੇ ਆਪਾਂ। ਫੋਮ ਵਾਸ਼ ਹੀ ਕਰੀ ਸੀਗੀ, ਪਾਣੀ ਵਗੈਰਾ ਮਾਰ ਕੇ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਰਿਜ਼ਲਟ ਵਧੀਆ ਆਏਗਾ। ਬਾਕੀ ਰਿਜ਼ਲਟ ਡਿਪੈਂਡ ਕਰਦਾ ਆਪਣੇ ਸ਼ੈਂਪੂ ਦੇ, ਕਿਸ ਤਰ੍ਹਾਂ ਸ਼ੈਂਪੂ ਹੈਗਾ। ਫੋਮ ਵਾਸ਼ ਵਗੈਰਾ ਸਾਰਾ ਕੁਛ ਵਧੀਆ, ਇੱਧਰ ਪਰਲੀ ਸਾਈਡ ਤੁਸੀਂ ਦੇਖ ਸਕਦੇ ਝੱਗੀ ਝੱਗ ਹੋਈ ਪਈ। ਫੋਮ ਕੈਨਨ ਇੰਨਾ ਮਾੜਾ ਵੀ ਨਹੀਂ ਹੈਗਾ, ਪਰ ਦੇਖਿਆ ਜਾਵੇ ਜਿਵੇਂ ਜੇ ਜਿਸ ਤਰ੍ਹਾਂ ਮੈਂ ਦੇਖੇ ਨੇਗੇ ਉਸ ਤਰ੍ਹਾਂ ਦੀ ਇਹ ਝੱਗ ਵਗੈਰਾ ਨਹੀਂ ਕਰ ਰਿਹਾ ਹੈਗਾ। ਇਹ ਮੈਂ ਮੋਟਰਸਾਈਕਲ ਹੁਣ ਪਾਣੀ ਦਾ ਪ੍ਰੈਸ ਮਾਰ ਕੇ ਧੋ ਰਿਹਾ ਗਾ। ਹਾਂ, ਇਸ ਦਾ ਇਸ ਪੰਪ ਦੇ ਨਾਲ ਆਪਣਾ ਟਾਈਮ ਬਹੁਤ ਬਚ ਜਾਂਦਾ ਹੈਗਾ, ਅਤੇ ਜਿਹੜੀ ਫੋਮ ਵਾਸ਼ ਹੈਗੀ ਉਹਦੇ ਨਾਲ ਆਪਾਂ ਨੂੰ ਨਹੀਂ, ਕਈ ਇਹੋ ਜਿਹੀਆਂ ਜਗ੍ਹਾ ਹੁੰਦੀਆਂ ਨੇ ਇਸ ਤਰ੍ਹਾਂ ਦੀਆਂ, ਜਿਵੇਂ ਆਪਾਂ ਉਰੇ ਆਪਾਂ ਨਾ ਹੱਥ ਨਾਲ ਉਹ ਸ਼ੈਂਪੂ ਵਗੈਰਾ ਨਹੀਂ ਕਰ ਸਕਦੇ, ਹੈ ਨਾ। ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਫਰਕ ਆਇਆ ਹੋਇਆ। ਮੈਂ ਵੈਸੇ ਪਹਿਲਾਂ ਵੀਡੀਓ ਬਣਾਉਣੀ ਸੀਗੀ, ਹੁਣ ਤਾਂ ਚਲੋ ਬਣ ਗਈ। ਉਹ ਜਿਵੇਂ ਇਸ ਤਰ੍ਹਾਂ ਦੀਆਂ ਬਿੱਲਾਂ ਹੁੰਦੀਆਂ ਨੇ, ਹੈ ਨਾ, ਕਈ ਜਗ੍ਹਾ 'ਤੇ ਆਪਾਂ ਸ਼ੈਂਪੂ ਹੱਥ ਨਾਲ ਨਹੀਂ ਮਾਰ ਸਕਦੇ, ਤਾਂ ਹੀ ਕਹਿੰਦੇ ਫੋਮ ਵਾਸ਼ ਜਿਹੜੀ ਹੁੰਦੀ ਹੈ ਬੈਸਟ ਹੁੰਦੀ ਹੈਗੀ। ਉਹ ਜਿਹੜਾ ਫੋਮ ਆਪਾਂ ਪ੍ਰੈਸਰ ਕਰਿਆ ਸੀ ਸਾਰਾ, ਉਸ ਦੇ ਇੱਕ ਇੱਕ ਦਰਜ ਦੇ ਵਿੱਚ ਜਾਂਦਾ ਵਾ, ਉਸ ਦੇ ਨਾਲ ਇਹ ਨਾ ਸਾਫ ਸਫਾਈ ਵੱਧ ਹੁੰਦੀ ਹੈਗੀ, ਅਤੇ ਆਪਣਾ ਟਾਈਮ ਬਹੁਤ ਬਚਦਾ ਹੈਗਾ। ਬਸ ਇੱਦਾਂ ਪਾਣੀ ਦਾ ਪ੍ਰੈਸਰ ਪਹਿਲਾਂ ਮਾਰੋ, ਮਿੱਟੀ ਮਿੱਟੀ ਲਾਓ, ਅਤੇ ਉਦੋਂ ਬਾਅਦ ਫੋਮ ਵਾਸ਼ ਮਾਰ ਕੇ ਥੋੜ੍ਹਾ ਮੋਟਾ ਕੱਪੜਾ ਮਾਰਨਾ ਅਤੇ ਮਾਰੋ। ਉਸ ਤੋਂ ਬਾਅਦ ਤੁਸੀਂ ਆ ਗੰਨ ਚੱਕੋ, ਆਰਾਮ ਨਾਲ ਖੜ੍ਹੇ ਪਾਣੀ ਮਾਰੀ ਜਾਓ, ਬੈਸਟ ਵੈਲਯੂ। ਰਹੀ ਗੱਲ ਪੰਪ ਦੀ, ਜਿਹਦੇ ਉੱਤੇ ਆਪਾਂ 5000 ਰੁਪਏ ਲਾਇਆ ਹੈਗਾ, ਇਹ ਆਪਣਾ ਮੰਨ ਕੇ ਚਲੋ ਸਾਲ 6 ਮਹੀਨੇ ਵਿੱਚ ਪੂਰਾ ਹੋ ਜਾਣਾ ਹੈਗਾ। ਜਿਵੇਂ ਤੁਸੀਂ ਦੇਖ ਸਕਦੇ ਹੋਗੇ ਆਹ ਮੋਟਰਸਾਈਕਲ ਤੋਂ ਉੱਤੇ ਆਪਾਂ ਐਕਸਪੈਰੀਮੈਂਟ ਵੀ ਕੀਤਾ, ਬਸ ਇਹਨੇ ਇੰਨਾ ਕੀ ਹੀ ਪਾਣੀ ਪੀਤਾ ਹੈਗਾ, ਮਤਲਬ ਵੀ ਪਾਣੀ ਲੈਤਾ ਹੈਗਾ। ਅਤੇ ਤੁਸੀਂ ਦੇਖਦੇ ਹੋ ਇਸ ਨਾਲ ਪਾਣੀ ਦੀ ਵੀ ਬਹੁਤ ਬੱਚਤ ਹੁੰਦੀ ਜੀ, ਆਪਾਂ ਧੋਣ ਵੇਚੀਏ ਇੰਨੀ ਕੁ ਮਿੱਟੀ ਨਾਲ ਆਪਾਂ ਮੋਟਰਸਾਈਕਲ ਨਹੀਂ ਧੋਤਾ ਜਾਂਦਾ। ਕਿਤਨਾ ਕਿਤੇ ਇਹ ਪਾਣੀ ਦੀ ਵੀ ਸੇਵਿੰਗ ਵਗੈਰਾ ਜ਼ਰੂਰ ਕਰਦਾ ਗਾ। ਇਹ ਸੀਗਾ ਅੱਜ ਦਾ ਰਿਵਿਊ, ਅਤੇ ਨੈਕਸਟ ਵੀਡੀਓ ਵਿੱਚ ਆਪਾਂ ਇਸ ਨਾਲ ਗੱਡੀ ਵਗੈਰਾ ਸਾਰਾ ਕੁਛ ਧੋ ਕੇ ਦੇਖਾਂਗੇ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ। ਇਸ ਤਰ੍ਹਾਂ ਦੀ ਵੀਡੀਓ ਹੋਰ ਦੇਖਣ ਲਈ, ਗੱਡੀ ਦੇ ਰਿਲੇਟਡ ਦੇਖਣ ਲਈ, ਅੱਜ ਤਾਂ ਆਪਣਾ ਮੋਟਰਸਾਈਕਲ ਧੋਤਾ ਹੈਗਾ, ਜ਼ਿਆਦਾਤਰ ਆਪਣੀ ਵੀਡੀਓ ਗੱਡੀ ਦੇ ਰਿਲੇਟਡ ਆਉਣਗੀਆਂ। ਓਕੇ ਜੀ, ਵੀਡੀਓ ਦੇਖਣ ਲਈ ਧੰਨਵਾਦ।